हेलो गाइस, फाइनली थोड़ा एक बार फिर स्वागत है एक होर नए फ्रेश ब्लॉग के बेटे। गाइस ये जड़ा ब्लॉग है बहुत ज्यादा स्पेशल होने वाला, बिकॉज बर्थडे है अपने बेरे का। की कहना चाहोगे भाई? ਬਰੇ ਦੇਖੋ ਮੇਰਾ ਬਰਥਡੇ ਆ ਤਾਂ ਸਪੈਸ਼ਲ ਤਾਂ ਕੁਛ ਨਹੀਂ ਜਿਹੜਾ, ਬਾਕੀ ਵਿਸ਼ੇਸ਼ ਤਾਂ ਇਹ ਮੇਰੇ ਲਈ ਬਹੁਤ ਆ। ਤੇ ਪਾਰਟੀ ਦੇਂਗਾ ਵੀਰੇ? ਤੇ ਗਾਇਸ ਹੁਣ ਆਪਾਂ ਸਟਾਰਟ ਕਰਦੇ ਹਾਂ ਵਲੌਗ, ਤੇ ਜੋ ਜੋ ਇੰਟਰਸਟਿੰਗ ਹੋਊਗਾ ਤੁਸੀਂ ਸਾਰਾ ਕੁਝ ਦੇਖੋਗੇ ਇਸ ਵਲੌਗ ਦੇ ਵਿੱਚ, ਤਾਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇਸ ਵਲੌਗ ਨੂੰ ਦੇਖਦੇ ਰਹੋ। ਸੇਲ ਥੱਲੇ ਆਏ ਨੇ ਵੀਰੇ, ਕੁਝ ਕੁ ਥੱਲੇ ਆ ਜਾਣੇ ਸੇਲ। ਓ ਹੋ 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 ਐਨ ਕਿ ਕੀ ਲੈ ਸਭ ਵੀ ਬੈਠੇ ਨੇ। ਵਾਓ, ਬੁੱਟਰ ਜੀ ਨਿਗਾਹ ਪੈ ਗਈ, ਘਵਾਰੇ ਤੇ ਫੁੱਟ ਗਿਆ। ਤੇ ਬਈ ਪਤਾ ਨਹੀਂ ਕਿਉਂ ਘਰ ਦੇ ਕਰ ਰਹੇ ਆ, ਮੈਂ ਨਹੀਂ ਆਸ ਕੁਝ ਕਰ ਰਿਹਾ ਹਨਾ ਬਈ। ਆਪਾਂ ਨੂੰ ਕਦੇ ਨਹੀਂ ਖੁਸ਼ ਹੋਈ ਮੈਨੂੰ ਹਨਾ ਆਪਣੇ ਬਰਥਡੇ ਦੀ, ਮੈਂ ਕਦੇ ਕੁਝ ਐਕਸਪੈਕਟ ਨਹੀਂ ਕੀਤਾ ਹਨਾ। ਸ਼ੁਕਰਗੁਜ਼ਾਰ ਕਰਦੇ ਨੇ ਸਾਨੂੰ ਜੰਮਤਾ ਹਨਾ, ਇਹ ਬਹੁਤ ਆ, ਬਹੁਤ ਵੱਡੀ ਗੱਲ ਆ। ਅਤੇ ਮੈਂ ਉਹਦੇ ਤਾਨਾ ਮਾਰਤਾ ਹਨਾ, ਮੈਂ ਕਿਹਾ ਡੈਡੀ ਪੈਸੇ ਦਿਓ ਕੇਕ ਲਿਆਉਣਾ ਆਪਣੇ ਸਗੇ ਭਰਾ ਦਾ ਜਨਮ ਦਿਨ ਹਨਾ, ਮੇਰੇ ਵੱਡੇ ਭਰਾ ਦਾ ਹਨਾ। ਅਤੇ ਡੈਡੀ ਕਹਿੰਦਾ ਵੀ ਸਾਲਿਆਂ ਨੂੰ ਮੈਂ ਜੰਮਤਾ ਇਹ ਨਹੀਂ ਬਹੁਤ। ਫਿਲਹਾਲ ਰੋਟੀ ਖਾ ਰਹੇ ਸੀ ਸਾਰਿਆਂ ਨੇ, ਮਤਲਬ ਸਬਜ਼ੀ ਬਾਹਰੋਂ ਲੈ ਕੇ ਸੀ, ਰੋਟੀ ਮੰਮਾ ਨੇ ਬਣਾਉਂਦੀਆਂ ਸੀਗੀਆਂ ਹਨਾ। ਤੇ ਰੋਟੀ ਖਾ ਰਹੇ ਸੀਗੇ ਤੇ ਸਡਨਲੀ ਸਾਨੂੰ ਯਾਦ ਜੇ ਆ ਗਿਆ ਨਾ, ਸਾਡੇ ਨਾਲ ਦੇ ਬੰਦੇ ਇਧਰਲੇ ਪਾਸੇ ਬੈਠੇ ਹੁੰਦੇ ਸੀਗੇ, ਪਹਿਲਾਂ ਕਰਦਾ ਹੁੰਦਾ ਰੱਜ ਨੀ ਆ ਰਿਹਾ ਯਾਰ, ਵੀਹ ਰੋਟੀ ਹੋਏ ਰੱਜ ਨੀ ਆ ਰਿਹਾ। ਨਵੀਂ ਗਾਈਸ ਦੇਖੋ ਰੱਬ ਜੋ ਤੇ ਮੁੰਡਾ ਹੋਇਆ ਵੀਰੇ, ਇੱਧਰੇ ਮੁੰਡਾ ਕਿਹੋ ਜਿਹਾ ਆਇਆ ਯਾਰ, ਇਹ ਬੁੱਟਰ ਨੂੰ ਪੁੱਛਣਾ ਚਾਹੁੰਦੇ ਆ, ਤੂੰ ਭਾਲੂ ਕੋਲ ਗਿਆ ਕਿ ਭਾਲੂ ਤੇਰੇ ਕੋਲ ਆਇਆ ਸੀ? ਬਰਾ ਵੱਧ ਗਏ ਕਿ ਨਹੀਂ ਹੈ ਵੀਰੇ? ਵੱਧ ਗਏ ਤੇ ਰੋਲਾ ਕਿੰਨੇ ਹੁਣ ਹੁਣੇ ਫੁੱਫੜ ਨੇ। ਹੈਪੀ ਬਰਥਡੇ, ਥੈਂਕ ਯੂ, ਬਹੁਤ ਬਹੁਤ ਲਾਈਕ ਤੇ ਕੰਮ ਪਿਆ ਮੁੰਡਾ। ਹੈਪੀ ਬਰਥਡੇ ਵੀਰੇ, ਤੇ ਉਹ ਦੂਜਾ ਕੰਮ ਥੈਂਕ ਯੂ ਵੀ ਸਾਰੇ ਕਿਨਾਂ ਵਾਲਾ ਜਿਵੇਂ ਮੰਗੜਾ ਹੁੰਦਾ ਹੁੰਦਾ ਇਹਦੇ ਮੁੰਡਾ ਇਹਦਾ ਮੁੰਡਾ ਤੇਰਾ ਸੀ ਨਾ ਨਹੀਂ ਨਹੀਂ ਹੁੰਦਾ ਹੈਪੀ ਬਰਥਡੇ ਬਾਪ ਨੂੰ ਭਾਈ ਜੀ ਨੂੰ ਥੈਂਕ ਯੂ ਹੈਪੀ ਬਰਥਡੇ ਵੀਰੇ ਤੁਹਾਨੂੰ ਮੇਰੇ ਤੇ ਮੇਰੇ ਸਾਥ ਨੂੰ ਸਮਾ ਜਾਈਦਾ ਤੈਨੂੰ ਮੈਂ ਇਹ ਲੱਗਿਆ ਮੈਂ ਬਹੁਤ ਵਧੀਆ ਚਮਕਾ ਹੁੰਦਾ ਇੰਦਰਾਮ ਵੀਡੀਓ ਸਾਰੇ ਜਿਹੜੇ ਦੇਖ ਲਓ ਇੱਕ ਸਾਲ ਦਾ ਹੋ ਗਿਆ। ਫੋਨ ਕੀਤਾ ਜੋ ਕਹਿੰਦਾ ਮੈਂ ਤਾਂ ਆ ਨਹੀਂ ਸਕਦਾ ਬਿਲਕੁਲ, ਔਖਾ ਔਖਾ ਹਰਿਆਣਾ ਦੂਰ ਆ ਵੀਰੇ, ਬਾਕੀ ਕੋਈ ਪਤਾ ਨੀ ਗੇਟ ਖੋਲ ਕੇ ਦੇਖ ਲੈ ਖੜਾ ਹੋਵੇ। ਜਗਾਦਰੀ ਬਹੁਤ ਦੂਰ ਆ ਜਿੱਥੇ ਰਹਿੰਦਾ,
ਤੇ ਹੁਣ ਆਪਾਂ ਜਾਵਾਂਗੇ ਦੇਖਦੇ ਹਾਂ ਉਹਦਾ ਕੀ ਰਿਐਕਸ਼ਨ ਹੁੰਦਾ ਬੂਟ 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 ਜੁੱਤੀ ਬਾਈ ਵਰਦਾ ਇਹਦੇ ਨਾਲ ਮੇਰੇ ਬੂਟ ਉੱਥੇ ਪਿਆ ਮੈਂ ਉੱਥੇ ਜਾ ਕੇ ਪਾਉਂਗਾ ਲੋ ਵੀ ਗੱਲ ਹੁਣ ਫਾਈਨਲੀ ਆਪਾਂ ਆ ਗਏ ਅੰਦਰ ਦੇ ਘਰੇ ਤਾਂ ਚੱਲਦੇ ਚਲੋ ਜੀ ਪਾਣੀ ਵਾਲੇ ਨਮੂਨੇ ਆ ਜਾ ਚੱਲ ਆ ਜਾ ਆ ਗਏ ਸਾਡੇ ਬੰਦੇ ਸਾਰੇ ਆ ਗਏ ਉੱਧਰ ਦਿਖਾ ਦੇ ਡੈਕੋਰੇਸ਼ਨ ਕੀਤੀ ਜਿਹੜੀ ਇਹ ਸਾਰੀ ਡੈਕੋਰੇਸ਼ਨ ਮੈਂ ਕੀਤੀ ਆ ਆਪਦੇ ਹੱਥਾਂ ਨਾਲ ਰਾਤ ਗੁਬਾਰੇ ਭਰਨ ਲਈ ਅੱਜ ਦੁਖਣ ਲੱਗ ਗਏ ਜਦੋਂ ਕੋਈ ਨੀ ਕਰਨ ਤਾਂ ਪੈਂਦਾ ਭਰਾ ਜਨਮ ਦਿਨ ਵਾਲਾ ਦੇਣਾ ਆਰਾਮ ਨਾਲ ਕੰਮ ਕਰ ਚੱਲ ਰੋਟੀ ਬਣਾਇਆ ਰੋਟੀ ਬਣਾਇਆ ਮੋਟਰ ਬਣਾਇਆ ਦੇਖ ਲਾ ਕਈ ਵਾਰੀ ਤੈਨੂੰ ਪਤਾ ਨੀ ਲੱਗਦਾ ਹੁੰਦਾ ਅਸੀਂ ਵੇਟ ਕਰ ਰਹੇ ਹਾਂ ਰਫਤਾਰ ਬੇ ਦੀ ਰਫਤਾਰ ਆਈ ਤੁਸੀਂ ਸਾਡੀ ਵੀਡੀਓ ਤੇ ਦੇਖਿਆ ਹੋਊਗਾ ਨਾ ਰਫਤਾਰ ਬਹੁਤ ਸਲੋ ਸਲੋ ਆਈ ਆ ਰਿਹਾ ਰਫਤਾਰ ਨਾ ਤਾਂ ਰਫਤਾਰ ਆ ਬਟ ਆਉਂਦਾ ਉਹਦਾ ਸਲੋ ਆ Now we are waiting for Avtar Rai. I don't know his real name. ਤੇ ਹੁਣ ਆਪਾਂ ਜਾ ਰਹੇ ਹਾਂ ਤੇ ਲੱਭਦੇ ਹਾਂ ਉਹਨੂੰ ਕਿੱਥੇ ਆ ਉਹ ਤੇ ਦੋ ਜਮੂਰੇ ਮੇਰੇ ਨਾਲ ਆਏ ਹੋਏ ਆ ਤੁਸੀਂ ਜਮੂਰੇ ਦੇਖੋ ਸਾਰੇ ਜਣੇ ਪਹਿਲਾਂ ਗਵਰਨਾ ਨਹੀਂ ਬਹੁਤ ਘੈਂਟ ਬੰਦੇ ਹੋਏ ਤੁਸੀਂ ਮਤਲਬ ਬਹੁਤ ਫੇਮਸ ਬੰਦੇ ਆਏ ਹੋਏ ਆ ਫੇਮਸ ਜਮੂਰੇ ਨੇ ਥੋੜੇ ਜਿਹੇ ਇੱਕ ਕਰਦੇ ਮੇਰੇ ਕੋਲ ਕੇਕ ਉੱਤਰ ਪਿਆ 1 2 3 ਹੈਪੀ ਮੇਰੀ ਬਣਾ ਦੋ ਕੋਈ ਡਿੱਗ ਚੱਲਾ ਬਾਈ ਤੇਰਾ ਫੋਨ ਬਾਈ ਲਿਖਾਇਆ ਕੀ ਮੱਥੇ ਤੇ ਮੈਨੂੰ ਪਤਾ ਲੱਗਿਆ ਬਸ ਸਾਫ ਕਰਦਾ ਤੋਂ ਉੱਪਰ ਹੋਰ ਝਾੜ ਦਿੰਦਾ ਹੁਣ ਵੱਡੇ ਵੱਡੇ ਪੈਰਾਗ੍ਰਾਫ ਚ ਬੋਲ ਕਰੂੰਗੇ ਬਈ ਕੇ ਕਰਤਾ ਐ ਕਰਤਾ ਜਿਉਂ ਕਰਤਾ ਨਹੀਂ ਆਉਂਦੇ ਭੈਣ ਤਰਾ ਮੈਨੂੰ ਮੂੰਹ ਸਾਫ ਕਰ ਰਹੇ ਨੇ ਹੁਣ ਆਪਾਂ ਜਾ ਰਹੇ ਹਾਂ ਮਤਲਬ ਜਿੱਥੇ ਉਹਨੇ ਪਾਰਟੀ ਦੇਣੀ ਆ ਉੱਥੇ ਤੇ ਸਿਮ ਤੇ ਇੰਦਰ ਥੋੜਾ ਕੰਮ ਸੀਗਾ ਤੇ ਉਹ ਮਤਲਬ ਆ ਰਹੇ ਨੇ ਤੇ ਅਸੀਂ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਏਦਾਂ ਅਸੀਂ ਕੀਤਾ ਸੈਲੀਬ੍ਰੇਟ ਬਰਥਡੇ
ਤੁਹਾਡੇ ਸਾਹਮਣੇ ਹੀ ਆ ਕਿ ਸਾਰਾ ਵਲੌਗ ਦੇਖ ਹੀ ਲਿਆ ਕਿੱਦਾਂ ਦਾ ਲੱਗਿਆ ਦੱਸਿਓ ਅਸੀਂ ਤਾਂ ਬਸ ਤੁਹਾਡੇ ਕਹਿਣ ਤੇ ਵੀ ਡਿਮਾਂਡ ਸੀ ਹਨਾ ਵੀ ਵਲੌਗ ਕੱਢੋ ਅਸੀਂ ਜਸਟ ਉਦਾਂ ਕੱਢਤਾ ਬਾਕੀ ਜਦ ਇੰਜੋਇਮੈਂਟ ਕੀਤੀ ਨਹੀਂ ਬਾਕੀ ਦੇਖ ਹੀ ਲਿਆ ਹੁਣ ਹਨਾ थैंक यू सो मच फॉर वॉचिंग अवर दिस व्लॉग लाइक कर दो शेयर कर दो सबसक्राइब कर लो अपने चैनल क्योंकि अगे अगे बहुत ज़्यादा इंटरेस्टिंग व्लॉग्स होने स्टे ट्यून्ड।